ਆਜ਼ਾਦੀ ਕਾ ਅਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਕ੍ਰਾਂਤੀਕਾਰੀ ਤੇ ਆਜ਼ਾਦੀ ਗੁਲਾਟੀਏ ਵਿਰਿੰਦਰ ਕੁਮਾਰ ਘੋਸ਼ ਅਤੇ ਆਜ਼ਾਦੀ ਗੁਲਾਟੀਏ ਬੋਧੀ ਵਿਖਸ਼ੂ ਅਤੇ ਲੇਖਕ ਪਦੰਤ ਆਨੰਦ ਕੋਸ਼ਲੀਆਨ ਬਾਰੇ ਜਾਣਕਾਰੀ ਦੇ ਰਹੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਯਾਦ ਕਰ ਰਹੇ ਹਾਂ ਕ੍ਰਾਂਤੀਕਾਰੀ ਅਤੇ ਆਜ਼ਾਦੀ ਖੁਲਾਟੀਏ ਬਰਿੰਦਰ ਕੁਮਾਰ ਘੋਸ਼ ਨੂੰ ਉਹ ਬਰੀਨ ਘੋਸ਼ ਦੇ ਨਾਂ ਨਾਲ ਮਸ਼ਹੂਰ ਸਨ ਉਹਨਾਂ ਦਾ ਜਨਮ 5 ਜਨਵਰੀ 1880 ਨੂੰ ਹੋਇਆ ਸੀ ਬਰੀਨ ਸ਼੍ਰੀ ਅਰਵਿੰਦੋ ਘੋਸ਼ ਦੇ ਛੋਟੇ ਭਰਾ ਸਨ ਬਰਿੰਦਰ ਆਪਣੇ ਭਰਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਕ੍ਰਾਂਤੀਕਾਰੀ ਲਹਿਰ ਵਿੱਚ ਸ਼ਾਮਲ ਹੋ ਗਏ ਉਨ੍ਹਾਂ ਨੇ ਪ੍ਰਸਿੱਧ ਸੁਤੰਤਰਤਾ ਸੰਾਨੀ ਜਤਿੰਦਰਨਾਥ ਬੈਨਰਜੀ ਨਾਲ ਸਰਗਰਮ ਤੌਰ ਤੇ ਕੰਮ ਕੀਤਾ 1906 ਵਿੱਚ ਬਿਰਿੰਦਰ ਕੁਮਾਰ ਨੇ ਬੰਗਾਲੀ ਹਫਤਾਵਾਰੀ ਜੁਗਾਂਤਰ ਪ੍ਰਕਾਸ਼ਿਤ ਕੀਤਾ ਮਗਰੋਂ ਉਨ੍ਹਾਂ ਨੇ ਬੰਗਾਲ ਵਿੱਚ ਫਿਟਨੈਸ ਕਲੱਬ ਦੇ ਅਧੀਨ ਖੋਫੀਆ ਕ੍ਰਾਂਤੀਕਾਰੀ ਸਮੂਹ ਜੁਗਾਂਤਰ ਬਣਾਇਆ ਉਨ੍ਹਾਂ ਨੇ ਬਾਗਾ ਜਤੇ ਨਾਲ ਮਿਲ ਕੇ ਨੌਜਵਾਨ ਕ੍ਰਾਂਤੀਕਾਰੀਆਂ ਦੀ ਭਰਤੀ ਵਿੱਚ ਅਹਿਮ ਭੂਮਿਕਾ ਨਿਭਾਈ ਮੈਜਿਸਟ੍ਰੇਟ ਡੱਗਲਸ ਕਿੰਗਸਫੋਰਡ ਦੇ ਕਤਲ ਦੀ ਕੋਸ਼ਿਸ਼ ਤੋਂ ਬਾਅਦ ਪੁਲਿਸ ਦੀ ਡੂੰਗੀ ਜਾਂਚ ਮਗਰੋਂ 2 ਮਈ 1908 ਨੂੰ ਬਿਰਿੰਦਰ ਅਤੇ ਅਰਵਿੰਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੇ ਨਾਲ ਆਜ਼ਾਦੀ ਕੁਲਾਟੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਅਲੀਪੁਰ ਬੰਬ ਮਾਮਲੇ ਵਿੱਚ ਬਿਰਿੰਦਰ ਘੋਸ਼ ਅਤੇ ਉਰਲਾਸਕਰ ਦਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਪਰ ਦੇਸ਼ ਬੰਦੂ ਚਤਰੰਜਨ ਦਾਸ ਦੇ ਦਖਲ ਤੋਂ ਬਾਅਦ ਉਹਨਾਂ ਦੀ ਸਜ਼ਾ ਨੂੰ ਘਟਾ ਕੇ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ। 1909 ਵਿੱਚ ਬਿਰਿੰਦਰ ਕੁਮਾਰ ਨੂੰ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚ ਦਿੱਤਾ ਗਿਆ 1920 ਵਿੱਚ ਆਮ ਮੁਆਫੀ ਦੇ ਦੌਰਾਨ ਬਿਰਿੰਦਰ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਉਹ ਕਲਕੱਤਾ ਵਾਪਸ ਆ ਗਈ ਅਤੇ ਪੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਆਪਣੀ ਆਤਮਕਥਾ ਪ੍ਰਕਾਸ਼ਿਤ ਕਰਵਾਈ ਜਿਸ ਦਾ ਨਾਮ ਦ ਟੇਲ ਆਫ ਮਾਈ ਐਕਸਲੈਂਸ ਅੰਡੇਮਾਨ ਵਿੱਚ 12 ਸਾਲ ਬਰੇਂਦਰ 1923 ਵਿੱਚ ਪੰਡੇਚੇਰੀ ਚਲੇ ਗਏ ਅਤੇ ਅਰਵਿੰਦੋ ਤੋਂ ਪ੍ਰਭਾਵਿਤ ਹੋ ਕੇ ਅਧਿਆਤਮਿਕਤਾ ਅਤੇ ਸਾਧਨਾ ਵਿੱਚ ਲੀਨ ਹੋ ਗਏ। 1933 ਵਿੱਚ ਉਹਨਾਂ ਨੇ ਅੰਗਰੇਜ਼ੀ ਹਫਤਾਵਾਰ 'ਦ ਡਾਨ ਆਫ ਇੰਡੀਆ' ਸ਼ੁਰੂ ਕੀਤਾ। ਉਹ 'ਦ ਸਟੇਟਸਮੈਨ' ਅਖਬਾਰ ਨਾਲ ਵੀ ਜੁੜੇ ਰਹੇ। 1950 ਵਿੱਚ ਬਰੇਂਦਰ ਬੰਗਾਲੀ ਅਖਬਾਰ 'ਦੈਨਿਕ ਬਸੁਮਤੀ' ਦੇ ਸੰਪਾਦਕ ਬਣ ਗਏ। 18 ਅਪ੍ਰੈਲ 1998 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਮਹਾਨ ਭਾਰਤੀ ਰਾਸ਼ਟਰਵਾਦੀ ਨੂੰ ਸਤ-ਸਤ ਨਮਸਕਾਰ। ਅੱਜ ਆਜ਼ਾਦੀ ਕੁਲਾਟਿਏ ਬੋਧੀ ਪਿਖਸ਼ੂ ਅਤੇ ਲੇਖਕ ਬਧੰਤ ਆਨੰਦ ਕਸ਼ਲਿਆਨ ਨੂੰ ਵੀ ਯਾਦ ਕਰ ਰਹੇ ਹਾਂ ਉਹਨਾਂ ਦਾ ਜਨਮ 5 ਜਨਵਰੀ 1905 ਨੂੰ ਅੰਬਾਲਾ ਜ਼ਿਲ੍ਹੇ ਦੇ ਸੁਹਾਨਾ ਵਿੱਚ ਹੋਇਆ ਸੀ ਉਹਨਾਂ ਨੇ ਆਪਣੇ ਦੋਸਤ ਅਤੇ ਮਾਰਗਦਰਸ਼ਕ ਬਧੰਤ ਰਾਹੁਲ ਸੰਸਕ੍ਰਿਤਾਇਨ ਨਾਲ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ ਕਸ਼ਲਿਆਨ ਨੂੰ 20ਵੀਂ ਸਦੀ ਦੇ ਮਹਾਨ ਕਾਰਕੁਨਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਉਹ ਬਾਬਾ ਸਾਹਿਬ ਡਾਕਟਰ ਪੀਮਰਾਉ ਅੰਬੇਦਕਰ ਤੋਂ ਬਹੁਤ ਪ੍ਰਭਾਵਿਤ ਸਨ ਬੰਬਈ ਦੇ ਦਾਦਰ ਵਿੱਚ 7 ਦਸੰਬਰ 1956 ਨੂੰ ਬਾਬਾ ਸਾਹਿਬ ਦੇ ਅੰਤਿਮ ਸੰਸਕਾਰ ਦੀ ਰਸਮ ਵਿੱਚ ਮੁੱਖ ਅਧਿਕਾਰਤ ਪੁਜਾਰੀ ਸਨ ਉਨ੍ਹਾਂ ਐਲਾਨ ਕੀਤਾ ਕਿ ਡਾਕਟਰ ਅੰਬੇਦਕਰ ਜੀ ਨੇ ਨਿਰਵਾਣ ਪ੍ਰਾਪਤ ਕਰ ਲਿਆ ਹੈ ਉਨ੍ਹਾਂ ਦੇ ਮਹਾਰਜ ਦਰਸ਼ਨ ਵਿੱਚ ਹੀ ਬਾਬਾ ਸਾਹਿਬ ਦਾ ਅੰਤਿਮ ਸੰਸਕਾਰ ਸਮਾਰੋਹ ਕੀਤਾ ਗਿਆ ਬਾਬਾ ਸਾਹਿਬ ਦੀ ਮੌਤ ਤੋਂ ਬਾਅਦ ਬਧੰਤ ਕੋਸ਼ਲਿਆਨ ਨੇ ਅੰਬੇਦਕਰ ਜੀ ਦੇ ਸੁਨੇਹਿਆਂ ਦੇ ਪ੍ਰਚਾਰ-ਪਸਾਰ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਮਹਾਰਾਸ਼ਟਰ ਦੇ ਬੋਧੀਆਂ ਦੇ ਮਾਰਗਦਰਸ਼ਨ ਦਾ ਕੰਮ ਸ਼ੁਰੂ ਕੀਤਾ। ਉਹਨਾਂ ਨੇ ਆਮ ਲੋਕਾਂ ਦੇ ਹਿੱਤਾਂ ਵਿੱਚ ਡਾਕਟਰ ਅੰਬੇਦਕਰ ਜੀ ਦੀ ਮਹੱਤਵਪੂਰਨ ਰਚਨਾ ਦ ਬੁੱਧਾ ਐਂਡ ਹਿਸ ਧਾਮਾ ਦਾ ਹਿੰਦੀ ਵਿੱਚ ਅਨੁਵਾਦ ਕੀਤਾ। ਉਹਨਾਂ ਨੇ ਪਾਲੀ ਤ੍ਰਿਪਟਕਾ ਅਤੇ ਹੋਰ ਬੋਧੀ ਸਾਹਿਤ ਦੀ ਖੋਜ ਕੀਤੀ। ਅਤੇ ਉਸਤੇ ਅਸਲ ਸਰੋਤ ਇਕੱਠੇ ਕੀਤੇ ਜਿਹੜੇ ਡਾਕਟਰ ਅੰਬੇਦਕਰ ਜੀ ਵੀ ਨਹੀਂ ਕਰ ਸਕੇ ਸਨ 22 ਜੂਨ 1988 ਨੂੰ ਬਧੰਤ ਕੋਸ਼ਲਿਆਨ ਦਾ ਦਿਹਾਂਤ ਹੋ ਗਿਆ ਮਹਾਨ ਰਾਸ਼ਟਰੀਵਾਦੀ ਨੂੰ ਨਿੱਗੀ ਸ਼ਰਧਾਂਜਲੀ